ਹਰ ਹਰ ਮਹਾਂਦੇਵ ਸੰਘਰਸ਼ ਦਲ ਵੱਲੋਂ ਵੀ ਓਪਨਿੰਗ ਕੀਤੀ ਗਈ ਹੈ ਤੇ ਅੰਤਰਰਾਸ਼ਟਰੀ ਤਾਂਤਰ ਬਾਬਾ ਦੀਪ ਸਿੰਘ ਜੀ ਵੱਲੋਂ ਇਹਨਾਂ ਦੇ ਜਥੇਦਾਰ ਮੰਗਲ ਮੁਖੀ ਉਹਨਾਂ ਦੇ ਵੱਲੋਂ ਓਪਨਿੰਗ ਕੀਤੀ ਗਈ ਹੈ। ਇਹ ਅਸੀਂ ਦੋਨੋਂ ਹਿੰਦੂ ਸਮਾਜ ਤੇ ਸਿੱਖ ਸਮਾਜ ਜਿਹੜੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਘਟਨਾਵਾਂ ਆਪਾਂ ਦੇਖ ਰਹੇ ਹਾਂ ਵੀ ਪੰਜਾਬ ਨੂੰ ਤੋੜਿਆ ਮਰੋੜਿਆ ਜਾ ਰਿਹਾ ਸ਼ਰਾਰਤੀ ਅੰਸਰਾਂ ਵੱਲੋਂ। ਹਿੰਦੂ ਲਾ ਲਓ, ਸਿੱਖ ਲਾ ਲਓ, ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਦਨਾਮ ਕਰਨ ਤੇ ਲੱਗਾ। ਇਹਨੂੰ ਨੱਥ ਪਾਉਣ ਦੇ ਲਈ ਅਸੀਂ ਅੱਜ ਏਕਤਾ ਕੀਤਾ ਵੀ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਿਲੇ ਕਿਸੇ ਨਾ ਕਿਸੇ ਤੇ ਐਲੀਗੇਸ਼ਨ ਆਉਂਦਾ ਵੀ ਆਹ ਹਿੰਦੂ ਨੇ ਕਰਤਾ, ਆਹ ਸਿੱਖ ਨੇ ਕਰਤਾ। ਇਹਨੂੰ ਪੂਰਨ ਤੌਰ ਤੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹ ਮੰਦਿਰ ਦੀਆਂ ਲਾ ਲਓ, ਗੁਰਦੁਆਰਾ ਸਾਹਿਬ ਦੀਆਂ ਲਾ ਲਓ, ਕਿਸੇ ਤਰੀਕੇ ਦੀਆਂ ਵੀ ਲਾ ਲਓ, ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ। ਕਿਉਂ? ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਵੀ ਜਿਵੇਂ ਸਾਡੇ ਲੁਧਿਆਣੇ ਦੇ ਮੇਨ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ, ਪਰ ਉਹ ਨਿਕਲਿਆ ਕੌਣ? ਹਿੰਦੂ ਸਮਾਜ ਦਾ। ਸੋ ਮੈਂ ਉਸ ਕਮੇਟੀ ਨੂੰ ਹੀ ਇੱਕ ਮੇਰਾ ਜਿਹੜਾ ਸਵਾਲ ਹੈ ਵੀ ਇਹ ਡੋਲੂ ਹੈ ਜਿਹੜਾ ਤੁਹਾਡੇ ਸੇਵਾਦਾਰ, ਉਹਨੇ ਪਲਟਣ ਵੇਲੇ ਦੇਖਿਆ ਕਿਉਂ ਨਹੀਂ ਤੇ ਜਿਹੜਾ ਹਿੰਦੂ ਆ ਉਹ ਫੜ ਲਿਆ, ਫੜ ਕੇ ਉਹਦੀ ਛਾਣਬੀਨ ਕਿਉਂ ਨਹੀਂ ਤੁਸੀਂ ਪੁਲਿਸ ਨੂੰ ਕਹਿੰਦੇ? ਤੁਸੀਂ ਕਾਹਨੇ ਹੋ ਵੀ ਉਹਦੀ ਛਾਣਬੀਨ ਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ। ਅੱਜ ਸਾਡਾ ਦਲ ਪੰਥ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਅਸੀਂ ਜਿਹੜੇ ਇੱਕ ਪੂਰੇ ਭਾਰਤ ਦੇ ਵਿੱਚ, ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ, ਕਿਉਂਕਿ ਰਾਸ਼ਟਰੀ ਅਸੀਂ ਤਾਂ ਬਣਾਇਆ ਵਾ, ਸਾਨੂੰ ਜਿਹੜਾ ਵਾ ਦਿੱਲੀ ਲਾ ਲਓ, ਰਾਜਸਥਾਨ ਲਾ ਲਓ ਜਾਂ ਕਿਸੇ ਵੀ ਤਰੀਕੇ ਨਾਲ ਲਾ ਲਓ, ਉੱਥੋਂ ਦੇ ਵੀ ਸਾਡੇ ਜਿਹੜੇ ਨੇ ਬੰਦੇ ਨੇ, ਤਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਣਾਇਆ ਵਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਬੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨਜਿੱਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਹੈ ਉਹ ਸਿਰ ਚੱਕਣ ਦੀ ਇੱਕ ਜ਼ੁਰਤ ਨਾ ਕਰੇ। ਸਰ ਲੱਗਦਾ ਹੈ ਕਿ ਇੱਕ ਪੂਰੇ ਵਿਸ਼ਵ ਭਰ ਦੀ ਨਜ਼ਰ ਹੁਣ ਪੰਜਾਬ 'ਚ ਟਿੱਕੀਆਂ ਹੋਈਆਂ, ਜਿੱਦਾਂ ਦਾ ਪਿੱਛੇ ਦਾ ਮਾਹੌਲ ਬਣਿਆ ਹੋਇਆ ਸੀ, ਸੋ ਇੱਕ ਪੂਰੇ ਵਿਸ਼ਵ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਇੱਕ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਇਸ ਨਾਲ ਜਾਊਗਾ। ਦੇਖੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਪਿਛਲੇ ਸਮੇਂ 'ਚ ਆਪਾਂ ਦੇਖ ਰਹੇ ਹਾਂ, ਤੁਸੀਂ ਇਹ ਦੇਖੋ ਵੀ ਜਿਹੜੇ ਵੀ ਮੈਂ ਕਹਿੰਦਾ ਦਲ ਪੰਥ ਬਣੇ ਹੋਏ ਨੇ, ਦਲ ਪੰਥ ਬਣੇ ਹੋਏ ਨੇ, ਉਹਨਾਂ ਦੀ ਕੋਈ ਨਜ਼ਰ ਨਹੀਂ ਹੈ, ਨਜ਼ਰ ਹੈ ਤੇ ਸਿਰਫ ਰੋਲਾ ਪਾਉਣ ਤੇ। ਜਾਂ ਕੋਈ ਵੀ ਹਿੰਦੂ ਸਮਾਜ ਦੀਆਂ ਕਈ ਆਪਣਾ ਸੰਗਠਨ ਬਣੇ ਹੋਏ ਨੇ ਉਹਨਾਂ ਦਾ ਸਿਰਫ ਰੋਲਾ ਪਾਉਣ ਤੱਕ ਮਕਸਦ ਆ, ਪਰ ਸਾਡੇ ਜਿਹੜੇ ਦੋ ਦਲ ਪੰਥ ਨੇ ਸਾਡਾ ਰੋਲਾ ਪਾਉਣਾ ਮਕਸਦ ਨਹੀਂ ਹੋਊਗਾ, ਉਹਨੂੰ ਅੰਜਾਮ ਦੇਣਾ ਮਕਸਦ ਹੋਊਗਾ। ਕਿਉਂ? ਕਿਉਂਕਿ ਦੇਖੋ ਇਹ ਜਿਹੜੀਆਂ ਬੇਅਦਬੀਆਂ ਨੇ ਇਹ ਬੇਅਦਬੀਆਂ ਨਹੀਂ ਹੈ, ਇਹ ਪੰਜਾਬ ਨੂੰ ਤੋੜਨ ਦੀਆਂ ਸ਼ਰਾਰਤਾਂ ਨੇ, ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਅਮਨ ਹੈ ਉਹਨੂੰ ਭੰਗ ਕਰਨ ਦੀਆਂ ਸ਼ਰਾਰਤਾਂ ਨੇ, ਇਹਨੂੰ ਪੂਰਨ ਤੌਰ ਤੇ ਨਜਿੱਠਿਆ ਜਾਊਗਾ। ਸਰ ਆਖਰੀ ਸਵਾਲ ਹੈ, ਜਿਸ ਤਰ੍ਹਾਂ ਜੋ ਕੰਮ ਤੁਸੀਂ ਅੱਜ ਕੀਤਾ, ਸੋ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਦੋਵਾਂ ਜਥੇਬੰਦੀਆਂ ਨੂੰ ਇਕੱਠੇ ਕਰਕੇ? ਉਹ ਕੰਮ ਸਰਕਾਰ ਨਹੀਂ ਕਰ ਰਹੀ, ਤੁਸੀਂ ਕਰ ਰਹੇ ਹੋ ਆਪਣੇ ਪੱਧਰ ਤੇ? ਦੇਖੋ ਮੈਂ ਪਿਛਲੇ ਕਾਫੀ ਸਮੇਂ ਤੋਂ, ਬਹੁਤ ਸਾਲਾਂ ਤੋਂ ਮੈਂ ਬਹੁਤ ਸੰਘਰਸ਼ ਕਰ ਰਿਹਾ ਵੀ ਅਸੀਂ ਸਰਕਾਰਾਂ ਦੇ ਨਾਲ ਵੀ ਬੜੀ ਵਾਰਤਾਲਾਪ ਕੀਤੀਆਂ ਨੇ, ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨਾਲ ਵੀ ਵਾਰਤਾਲਾਪ ਕੀਤੀ ਸੀਗੀ, ਜੋ ਸਾਡੇ ਅਕਾਲੀ ਦਲ ਦੇ ਸੀਗੇ, ਜੋ ਕਾਂਗਰਸੀਏ ਸੀਗੇ, ਜੋ ਬੀਜੇਪੀ ਦੇ ਸੀਗੇ, ਸੋ ਉਹਨਾਂ ਨਾਲ ਵੀ ਅਸੀਂ ਵਾਰਤਾਲਾਪ ਕੀਤੀ ਹੈ। ਜੋ ਇਹ ਹੋ ਰਹੀਆਂ ਨੇ ਘਟਨਾਵਾਂ ਵੀ ਇਹਨਾਂ ਨੂੰ ਇੱਕੋ ਹੀ ਤਰੀਕੇ ਨਾਲ ਰੋਕਿਆ ਜਾ ਸਕਦਾ ਵੀ ਜੇ ਆਪਾਂ ਹਿੰਦੂ ਸਿੱਖ ਜੇ ਇਹਨਾਂ ਦਾ ਹੱਥ ਆਪਾਂ ਐਂ ਕਰਾ ਦਈਏ ਤੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਦਾ ਆਪੇ ਹੀ ਜਿਹੜੀ ਜ਼ਰੂਰਤ ਨਹੀਂ ਪਊਗੀ ਭਈ ਉਹਨਾਂ ਦਾ ਬੇਅਦਬੀਆਂ ਵੱਲ ਧਿਆਨ ਵੀ ਜਾਵੇ। ਬਾਣਿਆਂ ਨੂੰ ਲੈ ਕੇ
ਜਿਹੜਾ ਇੱਕ ਮੈਂ ਹੋਰ ਇੱਕ ਸੰਦੇਸ਼ ਦੇਣਾ ਚਾਹੁੰਦਾ ਵਾਂ ਵੀ ਜਿਹੜਾ ਇਹ ਬਾਣੇ ਵਾਲੀਆਂ ਦੁਕਾਨਾਂ ਨੇ ਜਾਂ ਬਾਣੇ ਸੀਂਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਵਾ ਇਹ ਰੋਕ ਲਾਉਣੀ ਚਾਹੀਦੀ ਆ। ਕਿਉਂ? ਕਿਉਂਕਿ ਦੇਖੋ ਜਦੋਂ ਕੋਈ ਬਾਣੇ ਨਿਹੰਗ ਸਿੰਘ ਆ, ਮੈਂ ਕਹਿੰਦਾ ਨਿਹੰਗ ਸਿੰਘ ਸਾਡੇ ਵੀ ਸਜੇ ਆ, ਸਾਰਿਆਂ ਦੇ ਕੋਲ ਲਾਇਸੈਂਸ ਨੇ, ਦਲ ਪੰਥ ਦਾ ਲਾਇਸੈਂਸ ਹੈ, ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖ ਲੈਣਾ ਚਾਹੀਦਾ, ਫਿਰ ਉਹਨੂੰ ਅਖਬਾਰ ਦੇ ਵਿੱਚ ਦੇਣਾ ਚਾਹੀਦਾ ਵੀ ਨਿਹੰਗ ਸਿੰਘ ਫੜਿਆ ਗਿਆ। ਨਿਹੰਗ ਸਿੰਘ ਅਸੀਂ ਤਾਂ ਮੰਨਾਂਗੇ ਜੇ ਉਹਦੇ ਕੋਲ ਕਿਸੇ ਵੀ ਦਲ ਪੰਥ ਦਾ ਲਾਇਸੈਂਸ ਹੋਊਗਾ, ਤੇ ਅਸੀਂ ਤਾਂ ਆਪਣੇ ਬਾਣੇ ਨੂੰ ਜਿਹੜਾ ਬਦਨਾਮ ਨਹੀਂ ਹੋਣ ਦੇਣਾ। ਕਿਉਂ? ਕਿਉਂਕਿ ਦੇਖੋ ਕੋਈ ਵੀ ਜਾਲੀ ਨਿਹੰਗ ਸਿੰਘ ਫੜਿਆ ਜਾਂਦਾ ਤੇ ਪੁਲਿਸ ਦੀ ਖਬਰ ਲੱਗਦੀ ਹੈ ਵੀ ਯਾਰ ਨਿਹੰਗ ਸਿੰਘ ਆਹ ਵਾਰਦਾਤ ਨੂੰ ਅੰਜਾਮ ਦਿੰਦਾ ਫੜਿਆ ਗਿਆ, ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਤੇ ਜਿਹੜਾ ਇੱਕ ਵੈਰੀ ਇੰਪੋਰਟੈਂਟ ਇੱਕ ਮੇਰਾ ਸਵਾਲ ਵੀ ਹੈ ਤੇ ਕੁਐਸਚਨ ਵੀ ਹੈ ਸਾਰਾ ਕੁਛ, ਮੈਂ ਇੱਕ ਪੁਲਿਸ ਪ੍ਰਸ਼ਾਸਨ ਦੇ ਇੱਕ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਤੇ ਬੇਨਤੀ ਕਰਨਾ ਚਾਹੁੰਦਾ, ਜਿਹੜੇ ਸਾਡੇ ਦਲ ਪੰਥ ਦੇ ਮੁਖੀ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਿਓਰਿਟੀ ਤੇ ਉਹਨਾਂ ਨੂੰ ਮਿਲਿਆ ਜਾਵੇ, ਜਿਹੜੀ ਉਹਨਾਂ ਦੀ ਸਮੱਸਿਆ ਵਾ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਵੇ। ਕਿਉਂਕਿ ਅਸੀਂ ਕੋਈ 2 ਨੰਬਰ ਦਾ ਕੰਮ ਨਹੀਂ ਲੈ ਕੇ ਆਉਣਾ ਤੁਹਾਡੇ ਕੋਲ ਜਾਂ ਕੋਈ 2 ਨੰਬਰ ਦਾ ਹੱਲ ਨਹੀਂ ਕਰਾਉਣ ਆਉਣਾ, ਅਸੀਂ ਤੁਹਾਨੂੰ ਸਿਰਫ ਤੇ ਸਿਰਫ ਜਿਹੜੇ ਲੋਕ ਦੱਬੇ ਕੁਚਲੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਹੱਲ ਲਈ ਤੁਹਾਡੇ ਕੋਲ ਆਉਂਦੇ ਹਾਂ, ਨਹੀਂ ਤਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ। ਸੋ ਪਹਿਲ ਦੇ ਆਧਾਰ ਤੇ ਇਹ ਧਿਆਨ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੱਖ ਸੇਵਾਦਾਰ ਜਿਹੜਾ ਬਾਬਾ ਮਗਰ ਸਿੰਘ, ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ, ਪੰਥ ਖਾਲਸਾ ਦਲ, ਇਹਨਾਂ ਵੱਲੋਂ ਜੋ ਕਿ ਸਰ ਅੱਜ ਜਿਹੜਾ ਆਪਸ ਦੇ ਵਿੱਚ ਰਲੇਵਾ ਹੋਇਆ ਸਾਡੇ ਕੰਮ ਵੀ ਦੇਖੋ ਜੀ ਹਰ ਬੰਨਿਓ ਜਿਹੜੇ ਬੰਨਿਓ ਪੱਖ ਆ ਉਹ ਸਾਰਾ ਪੂਰਨ ਕਰਦੇ ਆ, ਤੇ ਅਸੀਂ ਵੀ ਇਹਨਾਂ ਦੇ ਨਾਲ ਹਿੰਦੂ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਗਾ ਜੀ। ਅਸੀਂ ਵੀ ਅੱਜ ਆਪਣਾ ਮਨ ਬਣਾਇਆ ਵੀ ਜੋ ਸਾਡੀਆਂ ਜਥੇਬੰਦੀਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਵੀਰਾਂ ਦੇ ਨਾਲ ਆ, ਤੇ ਜੋ ਵੀ ਕੋਈ ਕੰਮ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਹਾਜ਼ਰ ਹੋਵਾਂਗੇ, ਜੋ ਸਾਡਾ ਰਹੂਗਾ ਉਹ ਸਾਡੇ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਇਹ ਇੱਕ ਦਬੇ ਕੁਚਲੇ ਜਿਹੜੇ ਆਪਣੇ ਸਮਾਜ ਦੇ ਮਜ਼ਦੂਰ ਭਾਈਚਾਰਾ ਉਹਨਾਂ ਲਈ ਕਿੱਦਾਂ ਕੰਮ ਕਰੂਗਾ ਸੰਗਠਨ? ਦੇਖੋ ਜੀ ਜੋ ਵੀ ਸਾਡੇ ਦਿਹਾੜੀਦਾਰ ਜੇ ਜਾਂ ਦਬਲੇ ਕੁਚਲੇ ਉਹਨਾਂ ਦੇ ਵਿੱਚ ਵੀ ਜਿਹੜੀ ਸਾਡੀ ਇਹ ਆਪਣੇ ਜਥੇਬੰਦੀਆਂ ਨੇ ਜਾਂ ਹਿੰਦੂ ਜਥੇਬੰਦੀਆਂ ਸਾਡੀਆਂ ਨੇ ਜਿਹੜੀਆਂ 2 ਜਥੇਬੰਦੀਆਂ ਬਣੀਆਂ ਨੇ ਜੀ, ਇਹ ਬਿਲਕੁਲ ਉਹਨਾਂ ਦੇ ਲਈ ਪੂਰਨ ਤੌਰ ਤੇ ਹੀ ਉਹਨਾਂ ਦੀ ਸੁਣਾਈ ਹੋਊਗੀ ਤੇ ਉਹਨਾਂ ਲਈ ਕੰਮ ਕਰਾਂਗੇ। ਸਰ ਲੱਗਦਾ ਹੈ ਕਿ ਆਪਸੀ ਭਾਈਚਾਰਕ ਸਾਂਝ ਹੋਣ ਨਾਲ ਜਿਹੜੇ ਆਪਸੀ ਵਖਰੇਵੇਂ ਸੀਗੇ ਕਿਤੇ ਨਾ ਕਿਤੇ ਪੈ ਰਹੇ ਸੀ ਉਹ ਦੂਰ ਹੋਣਗੇ? ਬਿਲਕੁਲ, ਇਸੇ ਕਰਕੇ ਜੀ ਅਸੀਂ ਇਹ ਜਿਹੜਾ ਇਕੱਠ ਕੀਤਾ ਇਕੱਤਰ ਕੀਤਾ ਜੀ, ਜਿਹੜਾ ਲੋਕਾਂ ਨੂੰ ਸ਼ੱਕ ਆ ਵੀ ਇਹ 2 ਨੇ, ਅਸੀਂ 2 ਨਹੀਂ ਹੈਗੇ ਜੀ, ਅਸੀਂ 1 ਹਾਂ। ਹੁਣ ਪੰਜਾਬ ਦਾ ਮਾਹੌਲ ਕਿਤੇ ਨਾ ਕਿਤੇ ਸਹੀ ਰਹੇਗਾ ਜੀ? ਬਿਲਕੁਲ ਜੀ, ਜੇ ਦੇਖੋ ਆਪਾਂ 1 ਹੋ ਕੇ ਚੱਲਾਂਗੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬਿਲਕੁਲ ਹੀ ਠੀਕ ਰਹੋ। ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ? ਸਾਨੂੰ ਆਪਸ ਵਿੱਚ ਭਾਈਚਾਰਾ ਲੜਾਇਆ ਜਾ ਰਿਹਾ, ਬਿਲਕੁਲ ਲੜਾਈ। ਫਿਰ ਉਹਨਾਂ ਦੇ ਵਿੱਚ ਜੋ ਵੀ ਕੋਈ ਦੇਖੋ ਜੀ 2-1 ਕੰਮ ਨੇ ਜਿਹੜੇ ਆਪ ਦੁਕਾਨਾਂ ਤੇ ਸ਼ਸਤਰ ਵੇਚਦੇ ਨੇ, ਅਸੀਂ ਇਹਨਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਆ ਇਹਨਾਂ ਨੂੰ ਨਕੇਲ ਪਾਈ ਜਾਵੇ, ਕਿਉਂਕਿ ਇਹ ਸ਼ਸਤਰ ਜਿਹੜਾ ਲੈ ਕੇ ਤੇ ਇਹ ਆਪਣੇ ਕੰਮਾਂ ਦੇ ਨਹੀਂ, ਇਹ ਉਲਟ ਕੰਮਾਂ ਦੇ ਵਿੱਚ ਜਿਹੜੇ ਬੰਦੇ ਕੋਲ ਲਾਇਸੈਂਸ ਆ ਉਹ ਜਥੇਬੰਦੀ ਦਾ ਇਹ ਉਹਨੂੰ ਕਿਰਪਾਨ ਇਹ ਦਿੱਤੀ ਜਾਵੇ। ਜਿਹੜਾ ਦਿੰਦਾ ਵਾ ਉਹਦੇ ਕੋਲ ਬਿਲਕੁਲ ਲਾਇਸੈਂਸ ਵੇਖਿਆ ਜਾਵੇ ਕਿ ਕਿਹੜੇ ਜਥੇਬੰਦੀ ਦਾ, ਤੇ ਜੇ ਨਾ ਉਹਦੇ ਕੋਲ ਲਾਇਸੈਂਸ ਹੋਵੇ ਤੇ ਉਹਨੂੰ ਬਾਣਾ ਨਾ ਦਿੱਤਾ ਜਾਵੇ,
ਨਹੀਂ ਤੇ ਪੂਰਨ ਤੌਰ ਤੇ ਜਿਹੜੇ ਦੁਕਾਨਾਂ ਵਾਲੇ ਇਹਨਾਂ ਦੇ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਊਗੀ। ਹਾਂਜੀ ਬਾਬਾ ਜੀ, ਕੀ ਨਾਮ ਹੈ? ਅਮਿਤ ਕੁਮਾਰ ਦੇ ਸੱਦੇ ਤੇ ਉਹਨਾਂ ਦੇ ਜਥੇਬੰਦੀਆਂ ਹਾਜ਼ਰ ਹੋਈਆਂ ਹਨ ਇਹ ਮੁੱਦਿਆਂ ਨੂੰ ਲੈ ਕੇ ਕਿ ਹਿੰਦੂ ਤੇ ਸਿੱਖਾਂ ਦੇ ਵਿੱਚ ਫਰਕ ਪਾਇਆ ਜਾਂਦਾ ਹੈ। ਇਹ ਫਰਕ ਕੌਣ ਪਾਉਂਦੀਆਂ? ਇਹ ਸਰਕਾਰਾਂ ਪਾਉਂਦੀਆਂ ਨੇ। ਕਿਉਂ? ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਰਾਜਨੀਤੀ ਖੇਡਦੀਆਂ ਨੇਗੀਆਂ, ਜਦੋਂ ਕੋਈ ਵੀ ਕੰਮ ਕਰਦੀਆਂ ਨੇ ਉਦੋਂ ਰਾਜਨੀਤੀ ਖੇਡਦੀਆਂ ਨੇ। ਨਾ ਤਾਂ ਕਿਤੇ ਗਰੀਬ ਦੀ ਸੁਣਾਈ ਹੁੰਦੀ ਆ, ਨਾ ਕਿਤੇ ਲੜਾਈ ਝਗੜੇ ਦੀ ਸੁਣਾਈ ਹੁੰਦੀ ਆ। ਜੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਹੋ ਕੋਈ ਸੁਨੇਹਾ ਦੇਵੋ ਤਾਂ ਨਹੀਂ ਉਹ ਪਹੁੰਚ ਰਹੇ। ਇਹ ਜਿਹੜਾ ਪਿਆਰ ਦਿੱਤਾ ਹੋਇਆ ਕਿ ਨਾ, ਇਹ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਅਤੇ ਸਿੱਖਾਂ ਦਾ ਪਿਆਰ ਦਿੱਤਾ ਸੀ। ਪਿਆਰ ਵੀ ਦਿੱਤਾ, ਨਾਲ ਕੁਰਬਾਨੀ ਵੀ ਦਿੱਤੀ। ਜਦੋਂ ਕੁਰਬਾਨੀ ਦਿੱਤੀ ਤਾਂ ਉਹਨਾਂ ਦਾ ਸੀਸ ਲੈ ਕੇ ਕੌਣ ਆਇਆ ਸੀ? ਭਾਈ ਜੈਤਾ। ਰੰਗਰੇਟੇ ਗੁਰੂ ਕੇ ਬੇਟੇ, ਰਿਹੋ ਪੰਥ ਸੰਗ ਅਮੇਟੇ। ਕਿਉਂ? ਉਹਨਾਂ ਨੇ, ਗੁਰੂ ਤੇਗ ਬਹਾਦਰ ਜੀ ਨੇ ਪਿਆਰ ਦੀ ਖਾਤਰ, ਹਿੰਦੂਆਂ ਦੀ ਖਾਤਰ ਆਪਣਾ ਕੁਰਬਾਨੀ ਦਿੱਤੀ। ਅੱਜ ਆਪਣਾ ਏਕਾ ਹੋਣ ਦਾ, ਏਕਾ ਕਰਕੇ ਰਹਿਣ ਦਾ ਮਤਲਬ ਆ ਬਈ, ਏਕਾ ਕਰਕੇ ਆਪਾਂ ਰਹੀਏ। ਇਹ ਸੁਨੇਹਾ ਸਭ ਨੂੰ ਦੇ ਰਹੇ ਹਾਂ ਵੀ ਆਪਾਂ ਲੜਾਈ ਝਗੜੇ ਨਾ ਕਰੀਏ, ਆਪਾਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਪਿਆਰ ਵਧਾ ਕੇ ਆਪਾਂ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।